ਸੋ ਇੱਕ ਵਾਰ ਫਿਰ ਤੋਂ ਸਾਡੇ YouTube ਚੈਨਲ ਇੰਦਰ ਇੰਟਰਨੈਟ ਕੈਫੇ ਤੇ ਤੁਹਾਡਾ ਸਵਾਗਤ ਹੈ। ਸੋ ਅੱਜ ਦੀ ਇਸ ਵੀਡੀਓ ਵਿੱਚ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਅਧੇਨ ਆਊਟ ਕੀਤੀਆਂ ਗਈਆਂ ਪੋਸਟਾਂ ਦੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖੋ। ਜਿਹੜੇ ਦੋਸਤੋ ਮਿੱਤ ਸਾਡੇ ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹਨ ਪਲੀਜ਼ ਸਾਡੇ YouTube ਚੈਨਲ ਇੰਦਰ ਇੰਟਰਨੈਟ ਕੈਫੇ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਆਲ ਨੋਟੀਫਿਕੇਸ਼ਨ ਲਈ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਜੋ ਫਿਊਚਰ ਵਿੱਚ ਆਉਣ ਵਾਲੀ ਹਰ ਨਵੀਂ ਅਪਡੇਟ ਤੁਹਾਨੂੰ ਮਿਲ ਸਕੇ ਸੋ ਦੋਸਤੋ ਆਫਿਸ ਆਫ ਦਾ ਡਾਇਰੈਕਟ ਟ੍ਰਾਂਸਪੋਰਟ ਚੰਡੀਗੜ੍ਹ ਟ੍ਰਾਂਸਫਰ ਅੰਡਰਟੇਕਿੰਗ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਵੱਲੋਂ ਵਰਕਸ਼ਾਪ ਸਟਾਫ ਅਧੀਨ 68 ਪੋਸਟਾਂ ਲਈ ਪਬਲਿਕ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਸੋ ਜਿਹੜੇ ਵੀ ਕੈਂਡੀਡੇਟ ਵਰਕਸ਼ਾਪ ਸਟਾਫ ਅਧੀਨ ਪੋਸਟਾਂ ਲਈ ਅਪਲਾਈ ਕਰਨਾ ਚਾਹੁੰਦੇ ਹਨ ਉਹ ਕੈਂਡੀਡੇਟ 20 ਮਾਰਚ 2024 ਤੋਂ ਵਰਕਸ਼ਾਪ ਸਟਾਫ ਦੀਆਂ ਇਹਨਾਂ 68 ਪੋਸਟਾਂ ਲਈ ਅਪਲਾਈ ਕਰ ਸਕਣਗੇ ਸੋ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਅਧੀਨ ਵਰਕਸ਼ਾਪ ਸਟਾਫ ਦੀਆਂ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੀ ਲਾਸਟ ਡੇਟ 19 April 2024 ਰਹੇਗੀ ਜਦਕਿ ਫੀਸ ਭਰਨ ਦੀ ਲਾਸਟ ਡੇਟ 22 April 2024 ਰੱਖੀ ਗਈ ਹੈ ਸੋ ਜਿਹੜੇ ਵੀ ਕੈਂਡੀਡੇਟ ਇਹਨਾਂ ਪੋਸਟਾਂ ਲਈ ਅਪਲਾਈ ਕਰਨਾ ਚਾਹੁੰਦੇ ਹਨ ਉਹ ਕੈਂਡੀਡੇਟ 20 ਮਾਰਚ ਤੋਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਣਗੇ ਸੋ ਇਹਨਾਂ ਪੋਸਟਾਂ ਲਈ ਕੀ ਕੁਆਲਿਫੀਕੇਸ਼ਨ ਯੋਗਤਾ ਰਹਿਣ ਵਾਲੀਆਂ ਏ ਇਸ ਲਿਮਟ ਐਪਲੀਕੇਸ਼ਨ ਫੀਸ ਅਤੇ ਬਾਕੀ ਸ਼ਰਤਾਂ ਸੰਬੰਧੀ ਅਫੀਸ਼ੀਅਲ ਨੋਟੀਫਿਕੇਸ਼ਨ ਸੀਟਯੂ ਚੰਡੀਗੜ੍ਹ ਵੱਲੋਂ ਜਲਦੀ ਆਊਟ ਕਰ ਦਿੱਤਾ ਜਾਵੇਗਾ ਜਦ ਦੀ ਜਾਣਕਾਰੀ ਤੁਹਾਨੂੰ ਇਸੇ ਚੈਨਲ ਦੇ ਮਾਧਿਅਮ ਰਾਹੀਂ ਸ਼ੇਅਰ ਕੀਤੀ ਜਾਵੇਗੀ ਸੋ ਇਹਨਾਂ ਪੋਸਟਾਂ ਲਈ ਸੀਐਚਡੀ cteu.gov.in ਤੇ ਜਾ ਕੇ ਆਨਲਾਈਨ ਮੌਡਰਾਂ ਹੀ ਅਪਲਾਈ ਕਰ ਸਕਣਗੇ ਸੋ ਦੋਸਤੋ ਹੋਰ ਵੀ ਦੇ ਜਾਣਕਾਰੀ ਲਈ ਤੁਸੀਂ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰ ਸਕਦੇ ਹੋ ਤੁਹਾਡੇ ਹਰ ਕੁਐਸਚਨ ਦਾ ਆਨਸਰ ਦਿੱਤਾ ਜਾਵੇਗਾ ਅਗਲੀ ਵੀਡੀਓ ਵਿੱਚ ਚੈੱਕ ਨਵੇਂ ਜੌਬ ਨੋਟੀਫਿਕੇਸ਼ਨ ਦੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਦ ਤੱਕ ਵੇਟ ਕਰੋ ਧੰਨਵਾਦ ਸਸਿਕਾ